सरकार वालों कोरोना महामारी के चलदे लोगों नू वार वार मुंह ते मास्क पाउण ते सोशल डिस्टेंस बनाई रखण ते हत्थां नू वार वार धोण दी अपील की जा रही है। जे गल की जाए तरन तारण की तो शहर के बाजारों ते बैंकों के बाहर शरेआम लोगों वालों सोशल डिस्टेंस दीआं धज्जियां उड़ाईआं जा रही हैं। प्रशासन सब जानते हुए भी अखां बंद करी बैठा है। शहर वासियों ने साडे नाल गलबात करदिआं दस्सिआ कि बाजारों विच लोगों वालों सोशल डिस्टेंस की पालना नहीं की जा रही। पुलिस नू सोशल डिस्टेंस बनाई रखण लई ध्यान देना चाहिए है। उधर बाजार में ड्यूटी दे रहे पुलिस अधिकारी नाल गलबात की गई तो उन्होंने दस्सिया कि वो लोगों को काफ़ी समझा रहे हैं, उलंघना करने वाले दे चलान भी कट्टे जा रहे हैं। ਵੀਰ ਜੀ ਬਹੁਤ ਬਿਲਕੁਲ ਹਰ ਇੱਕ ਬੰਦੇ ਨੂੰ ਆਪਣੀ ਸੇਫਟੀ ਲੈਣੀ ਚਾਹੀਦੀ ਆ, ਗੈਪ ਰੱਖਣਾ ਚਾਹੀਦਾ, ਆਪਣਾ ਮਾਸਕ ਪਾ ਕੇ ਰੱਖਣਾ ਚਾਹੀਦਾ ਜੀ। ਇੱਕ ਬੰਦਾ ਅਗਰ ਇੱਦਾਂ ਦਾ ਵੀ ਬਾਜ਼ਾਰ ਦੇ ਵਿੱਚ ਆ ਗਿਆ ਤਾਂ ਕਈ ਬੰਦਿਆਂ ਨੂੰ ਫਲਟ ਕਰ ਸਕਦਾ ਹੈ। ਅਤੇ ਅਸੀਂ ਤਾਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਹਰ ਬੰਦਾ ਆਪਣੀ ਸੇਫਟੀ 'ਚ ਰਹੇ, ਉਹ ਦੂਜੇ ਨੂੰ ਵੀ ਸੇਫ ਰਹਿਣ ਦੇਵੇ। ਅਤੇ ਬਾਜ਼ਾਰਾਂ 'ਚ ਬਹੁਤ ਜ਼ਿਆਦਾ ਭੀੜ ਲੱਗੀ ਆ ਜੀ। ਇੱਕ ਬੰਦਾ ਚੜਿਆ ਹੋਇਆ ਹੈ। ਜੇ ਬੈਂਕ 'ਚ ਜਾਈਦਾ ਤਾਂ ਉੱਥੇ ਬਹੁਤ ਰਸ਼ ਹੈਗਾ ਜੀ। ਜੇ ਹੋਸਪਿਟਲ ਜਾਈਦਾ ਤਾਂ ਉੱਥੇ ਸੇਫਟੀ ਨਹੀਂ ਹੈਗੀ ਜੀ। ਅਸੀਂ ਤਾਂ ਇਹ ਅਪੀਲ ਕਰਾਂਗੇ ਜੀ, ਇਹਨਾਂ ਨੂੰ ਥੋੜ੍ਹਾ ਜਿਹਾ ਕੰਟਰੋਲ ਕਰਨਾ ਚਾਹੀਦਾ। ਰਸ਼ ਵਾਸਤੇ ਇਹ ਵੀ ਲੋਕ ਕਹਿੰਦੇ ਆ ਸਰਕਾਰ ਕਹਿੰਦੀ ਮਾਸਕ ਪਾਓ, ਫਾਸਲੇ ਰੱਖੋ ਥੋੜ੍ਹਾ ਬਹੁਤਾ। ਆ ਬੈਂਕਾਂ ਬਾਹਰ ਜਾ ਕੇ ਵੇਖ ਲਓ, 20-25 ਜਾਣੇ ਖਲੋਤੇ ਬਾਹਰ ਅਤੇ 10 ਜਾਣੇ ਅੰਦਰ ਖਲੋਤੇ ਆ, ਅਤੇ ਬਾਜ਼ਾਰ ਦਾ ਵੀ ਇਹੋ ਹਾਲ ਜੀ। ਜਿਹੜੇ ਸਰਕਾਰੀ ਅਦਾਰੇ ਆ ਜਿੰਨੇ ਵੀ ਆ, ਇਹ 2 ਵਜੇ ਤੋਂ ਬਾਅਦ ਖੁੱਲ੍ਹੇ ਰਹਿੰਦੇ ਆ। ਇਹਨਾਂ ਦੇ ਵਿੱਚ ਜਿਹੜੀ ਆ ਜਦੋਂ ਮਰਜ਼ੀ ਚਲੇ ਜਾਓ, ਪੂਰਾ ਰਸ਼ ਹੁੰਦਾ, ਕੋਈ ਸੋਸ਼ਲ ਡਿਸਟੈਂਸ ਦਾ ਧਿਆਨ ਨਹੀਂ ਕੀਤਾ ਜਾਂਦਾ। ਇਹਨਾਂ ਨੂੰ ਜਾਂ ਤਾਂ ਸਾਰੇ ਅਦਾਰਿਆਂ ਦਾ ਸਿਸਟਮ ਜਿਹੜਾ ਵਾ 2 ਵਜੇ ਤੱਕ ਕਰਕੇ ਅਤੇ ਬੰਦ ਕਰ ਦੇਣੇ ਚਾਹੀਦੇ ਆ। ਜਿਹੜੇ ਜਨਤਾ ਤੁਰੀ ਫਿਰਦੀ ਹੈ 2 ਵਜੇ ਤੋਂ ਬਾਅਦ, ਉਹਦਾ ਕੋਈ ਫਾਇਦਾ ਵਾ? ਕੋਈ ਫਾਇਦਾ ਨਹੀਂ ਹੈ ਨਾ, ਕੋਈ ਫਰਕ ਪੈਂਦਾ ਵਾ? ਹਰ ਕੋਈ ਨਾਲ ਨਾਲ ਤੁਰਿਆ ਜਾਂਦਾ ਵਾ, ਦੋ ਦੋ ਚਾਰ ਚਾਰ ਜਣੇ ਕਾਰਾਂ 'ਚ ਬੈਠ ਕੇ ਤੁਰੇ ਜਾਂਦੇ ਆ, ਕੋਈ ਸੋਸ਼ਲ ਡਿਸਟੈਂਸ ਦਾ ਫਰਕ ਨਹੀਂ ਆ। ਕਾਰਾਂ ਮੋਟਰਸਾਈਕਲਾਂ ਦੇ ਵਿੱਚ ਵੇਖੋ, ਦੋ ਦੋ ਤਿੰਨ ਤਿੰਨ ਜਣੇ ਤੁਰੇ ਫਿਰਦੇ ਆ। ਦੇਣਾ ਚਾਹੀਦਾ ਪ੍ਰਸ਼ਾਸਨ ਨੂੰ, ਫੁੱਲ ਧਿਆਨ ਦੇਣਾ ਚਾਹੀਦਾ ਇਸ ਬਾਰੇ। ਇਹਨਾਂ ਨੂੰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਨਾ ਇਸ ਗੱਲ ਵੱਲ। ਦੁਕਾਨਦਾਰ ਨੂੰ ਤਾਂ ਕਹਿ ਦਿੰਦੇ 2 ਵਜੇ ਚਲੇ ਜਾਓ, ਦੁਕਾਨਦਾਰ ਚਲੇ ਜਾਂਦਾ ਵਾ। ਜਿਹੜੇ ਸਰਕਾਰੀ ਅਦਾਰੇ ਆ ਇਹਨਾਂ ਨੂੰ ਬੰਦ ਕਰਾਉਣੇ ਚਾਹੀਦੇ ਆ। ਜਿਹੜਾ ਇਹ ਸੋਸ਼ਲ ਡਿਸਟੈਂਸ ਆ, ਇਹਨਾਂ ਨੂੰ ਧਿਆਨ ਕਰਾਉਣਾ ਚਾਹੀਦਾ ਉੱਧਰ ਵੀ। ਬੈਂਕਾਂ ਦੇ ਬਾਹਰ ਭੀੜ ਲੱਗੀ ਆ, ਕੋਈ ਡਿਸਟੈਂਸ ਨਹੀਂ ਕਹਿਣਾ ਚਾਹੋਗੇ? ਇਹ ਜੀ ਇਹ ਤਾਂ ਲੋਕਾਂ ਨੂੰ ਆਪ ਚਾਹੀਦਾ ਜੀ, ਪਬਲਿਕ ਨੂੰ ਵੀ ਇਹਦਾ ਰੱਖਣਾ ਜੀ। ਸਰਕਾਰ ਵੀ ਕਹਿ ਰਹੀ ਆ ਅਤੇ ਸਰਕਾਰ ਦੇ ਕੋਈ ਵਧੀਆ ਨਹੀਂ ਵੀ, ਪੁਲਿਸ ਵਾਲੇ ਜੇ ਕੋਈ ਕਹਿੰਦੇ ਲਾ ਲੋਕ ਉਹਨਾਂ ਨਾਲ ਗਾੜੀਆਂ ਲੜਦੇ ਆ ਜੀ। ਇਹਦੇ ਬਾਰੇ ਤਾਂ ਗਲਤ ਕੰਮ ਆ ਜੀ, ਲੋਕਾਂ ਨੂੰ ਚਾਹੀਦਾ ਰੱਖਣਾ ਹੈ ਪਬਲਿਕ ਨੂੰ। ਜਿਸ ਤਰ੍ਹਾਂ ਕਰੋਨਾ ਪਿੰਡਾਂ 'ਚ ਬਿਮਾਰੀ ਅੱਗੇ ਆ ਰਹੀ ਆ, ਲੋਕ ਤਰਾਹ ਤਰਾਹ ਕਰਦੇ ਆ, ਉੱਥੇ ਪਿੰਡਾਂ 'ਚ ਚਾਹੀਦਾ ਇਹੋ ਜਿਹਾ ਸਿਸਟਮ ਜਿਹੜਾ ਵੀ ਲੋਕ ਆਪਾਂ ਨੂੰ ਘਰਾਂ ਘਰਾਂ 'ਚ ਰਹਿਣ ਹੋ ਜਾਣ ਕੀ ਲੱਗਦਾ? ਪਿੰਡਾਂ 'ਚ ਹੁਣ ਸਰਕਾਰਾਂ ਤੋਂ ਜੀ ਆ ਗਈਆਂ ਤਾਂ ਐਦਾਂ ਵੀ ਪਿੰਡ 'ਚ ਪਹਿਰੇ ਲਾਓ, ਠੀਕਰੀ ਪਹਿਰੇ ਲਾਓ ਜੀ, ਪਰ ਉਹ 'ਚ ਵੀ ਲੋਕ ਸਾਥ ਦੇਣਗੇ ਤਾਂ ਪਏ ਹੀ ਹੋਣਾ ਜੀ। ਪਬਲਿਕ ਅਜੇ ਕੋਈ ਸਾਥ ਨਹੀਂ, ਕਈਆਂ ਪਿੰਡਾਂ 'ਚ ਲੋਕ ਇੰਨੀਆਂ ਨੇ ਪੜ੍ਹਤਾ ਜੀ, ਲੋਕਾਂ ਵੈਕਸੀਨ ਨਹੀਂ ਲਵਾਈ ਜੀ। ਉਹ ਕਹਿੰਦੇ ਆ ਵੀ ਇਹਦੇ ਨਾਲ ਕੋਈ ਬਿਮਾਰ ਹੋ ਜਾਂਦਾ ਜੀ, ਕਈ ਬੰਦੇ ਮਰ ਗਏ ਨਹੀਂ ਤਾਂ ਜਿਹਨੂੰ ਲੱਗ ਗਈ ਉਹ ਬਿਲਕੁਲ ਤੰਦਰੁਸਤ ਆ ਜੀ, ਕੁਛ ਨਹੀਂ ਹੁੰਦਾ ਉਹਦੇ ਨਾਲ। ਟ੍ਰੈਫਿਕ ਨੂੰ ਕਿਸ ਤਰ੍ਹਾਂ ਕੰਟਰੋਲ ਕਰ ਰਹੇ? ਟ੍ਰੈਫਿਕ ਨੂੰ ਤਾਂ ਬਹੁਤ ਰਸ਼ ਤਾਂ ਬਹੁਤ ਜ਼ਿਆਦਾ ਪੈਂਦਾ ਜੀ, ਅਤੇ ਘਟਾ ਰਹੇ ਬਿਲਕੁਲ, ਸਹੀ ਤਰੀਕੇ ਨਾਲ ਘਟਾ ਰਹੇ ਜੀ। ਲੋਕ ਦੁਕਾਨਾਂ ਸੋਸ਼ਲ ਡਿਸਟੈਂਸਿੰਗ ਕਰੇ ਕੀ ਅਤੇ ਕਿਸ ਤਰ੍ਹਾਂ ਕਰ ਰਹੇ? ਇਹ ਤਾਂ ਬਹੁਤ ਰਸ਼ਬਾਜੀ, ਪਾਵੈਂਟ ਜਿੰਨੇ ਕੁ ਆਪਣੇ ਸਾਡੇ ਅਫਸਰ ਲੰਘਦੇ ਆ ਜੀ, ਉਹ ਜਿਹੜੇ ਮਾਸਕ ਨਹੀਂ ਪਾਉਂਦੇ ਉਹਨਾਂ ਨੂੰ ਥਾਣੇ ਬੰਦ ਕਰਦੇ ਜੀ। ਚਲਾਨ ਕੱਟ ਰਹੇ ਸੀ ਉਹਨਾਂ ਦੇ ਅਫਸਰ, ਸਾਡੇ ਕਰਦੇ ਚਲਾਨ। ਤਰਨ ਤਾਰਨ ਤੋਂ ਧਰਮਵੀਰ ਗਿੱਲ ਅਤੇ ਜਸਬੀਰ ਸਿੰਘ ਲੱਡੂ ਦੀ ਰਿਪੋਰਟ।